ਤਾਂ ਮੋਹਾਲੀ ਦੇ ਵਿੱਚ ਦੇਰ ਰਾਤ ਇੱਕ ਸੜਕੀ ਹਾਦਸਾ ਹੁੰਦਾ ਏ। ਦੋ SUV ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ। ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇੱਕ ਗੱਡੀ ਦੇ ਵਿੱਚ ਵਿਦਿਆਰਥੀ ਸਵਾਰ ਸੀ, ਜੋ ਕਿ DAV ਕਾਲਜ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ। 21 ਸਾਲਾਂ ਦਾ ਨੌਜਵਾਨ ਹਾਲੇ ਪੜ੍ਹਾਈ ਕਰ ਰਿਹਾ ਸੀ, ਰੋਟੀ ਖਾ ਕੇ ਘਰ ਵਾਪਸ ਪਰਤ ਰਿਹਾ ਸੀ ਰਾਤ ਵੇਲੇ, ਤਾਂ ਆਮੋ ਸਾਹਮਣੀ ਦੋ ਕਾਰਾਂ ਦੀ ਟੱਕਰ ਹੋ ਜਾਂਦੀ ਹੈ। SUV ਗੱਡੀਆਂ ਦੱਸੀਆਂ ਜਾ ਰਹੀਆਂ ਨੇ, ਇੱਕ ਇਨੋਵਾ ਹੈ ਅਤੇ ਦੂਜੀ ਸਕੋਰਪੀਓ। ਦੇਖ ਸਕਦੇ ਹੋ ਕਿ ਕਿਵੇਂ ਟੱਕਰ ਹੋਈ ਹੈ, ਕਿੰਨੀ ਬੁਰੀ ਤਰੀਕੇ ਦੇ ਨਾਲ ਗੱਡੀਆਂ ਨੁਕਸਾਨੀਆਂ ਗਈਆਂ ਨੇ ਅਤੇ ਇਸ ਹਾਦਸੇ ਦੇ ਵਿੱਚ ਦੋ ਜਾਨਾਂ ਵੀ ਚਲੀਆਂ ਗਈਆਂ। ਢਾਬੇ ਤੋਂ ਰੋਟੀ ਖਾ ਕੇ ਵਿਦਿਆਰਥੀ ਪਰਤ ਰਹੇ ਸੀ, ਇਸ ਨੌਜਵਾਨ ਦੇ ਨਾਲ ਬੈਠਾ ਵਿਦਿਆਰਥੀ ਉਹ ਜ਼ਖਮੀ ਹੋ ਗਿਆ ਹੈ ਅਤੇ 21 ਸਾਲਾਂ ਦੇ ਇਸ ਵਿਦਿਆਰਥੀ ਜਿਸਦਾ ਨਾਮ ਆਰਿਆ ਸ਼ਰਮਾ ਦੱਸਿਆ ਜਾ ਰਿਹਾ ਹੈ, ਉਸਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਵਿੱਚ ਸਕੋਰਪੀਓ ਚਲਾ ਰਿਹਾ ਸੀ ਅਰਜੁਨ, ਜੋ ਕਿ ਆਰਿਆ ਸ਼ਰਮਾ ਦੇ ਨਾਲ ਬੈਠਾ ਹੋਇਆ ਸੀ, ਉਹ ਵੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਹੈ। ਪੁਲਿਸ ਵੀ ਰਾਤ ਵੇਲੇ ਮੌਕੇ 'ਤੇ ਪਹੁੰਚਦੀ ਹੈ, ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਮ੍ਰਿਤਕਾਂ ਦੀ ਲਾਸ਼ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖ ਦਿੱਤੀ ਗਈ ਹੈ। ਦੱਸ ਦਈਏ ਕਿ ਅਰਜੁਨ ਦੀ ਕਾਰ ਜਿਹੜੀ ਕਿ ਸਕੋਰਪੀਓ ਕਾਲੇ ਰੰਗ ਦੀ ਦਿਖ ਰਹੀ ਹੈ, ਇਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਰਕੇ ਹੁਣ ਅਰਜੁਨ ਦੇ ਖਿਲਾਫ਼ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ। ਜਾਂਚ ਦੌਰਾਨ ਇਹ ਪਤਾ ਚੱਲਿਆ ਕਿ ਇਨੋਵਾ ਚਾਲਕ ਜਿਸ ਦੀ ਕਿ ਮੌਤ ਹੋਈ ਹੈ, ਉਹ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ, ਇੱਕ ਕਾਰ ਡੀਲਰ ਸੀ, ਗੁਜਰਾਤ ਤੋਂ ਗੱਡੀਆਂ ਲਿਆ ਕੇ ਚੰਡੀਗੜ੍ਹ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੇਚਦਾ ਸੀ। ਉਹ ਇਸ ਵੇਲੇ ਗੱਡੀ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ, ਤਾਂ ਰਾਹ ਦੇ ਵਿੱਚ ਉਸਦੀ ਮੌਤ ਹੋ ਗਈ। ਦੋ SUV ਗੱਡੀਆਂ ਆਪਸ 'ਚ ਟਕਰਾਈਆਂ ਨੇ। ਇਸ ਹਾਦਸੇ ਦੇ ਵਿੱਚ ਇਨੋਵਾ ਚਾਲਕ ਦੀ ਮੌਤ ਹੋ ਗਈ ਹੈ, ਉਸਦਾ ਨਾਮ ਮੁਹੰਮਦ ਅਸਲਮ ਦੱਸਿਆ ਜਾ ਰਿਹਾ ਹੈ। ਸਕੋਰਪੀਓ ਸਵਾਰ DAV ਕਾਲਜ ਦਾ ਵਿਦਿਆਰਥੀ ਆਰਿਆ ਸ਼ਰਮਾ, 21 ਸਾਲਾਂ ਦਾ ਨੌਜਵਾਨ, ਇਸਦੀ ਵੀ ਇਸ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਮੋਹਾਲੀ ਦੇ ਵਿੱਚ ਦੇਰ ਰਾਤ ਇੱਕ ਸੜਕੀ ਹਾਦਸਾ ਹੁੰਦਾ ਏ। ਦੋ SUV ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ। ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇੱਕ ਗੱਡੀ ਦੇ ਵਿੱਚ ਵਿਦਿਆਰਥੀ ਸਵਾਰ ਸੀ, ਜੋ ਕਿ DAV ਕਾਲਜ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ। 21 ਸਾਲਾਂ ਦਾ ਨੌਜਵਾਨ ਹਾਲੇ ਪੜ੍ਹਾਈ ਕਰ ਰਿਹਾ ਸੀ, ਰੋਟੀ ਖਾ ਕੇ ਘਰ ਵਾਪਸ ਪਰਤ ਰਿਹਾ ਸੀ ਰਾਤ ਵੇਲੇ, ਤਾਂ ਆਮੋ ਸਾਹਮਣੀ ਦੋ ਕਾਰਾਂ ਦੀ ਟੱਕਰ ਹੋ ਜਾਂਦੀ ਹੈ। SUV ਗੱਡੀਆਂ ਦੱਸੀਆਂ ਜਾ ਰਹੀਆਂ ਨੇ, ਇੱਕ ਇਨੋਵਾ ਹੈ ਅਤੇ ਦੂਜੀ ਸਕੋਰਪੀਓ। ਦੇਖ ਸਕਦੇ ਹੋ ਕਿ ਕਿਵੇਂ ਟੱਕਰ ਹੋਈ ਹੈ, ਕਿੰਨੀ ਬੁਰੀ ਤਰੀਕੇ ਦੇ ਨਾਲ ਗੱਡੀਆਂ ਨੁਕਸਾਨੀਆਂ ਗਈਆਂ ਨੇ ਅਤੇ ਇਸ ਹਾਦਸੇ ਦੇ ਵਿੱਚ ਦੋ ਜਾਨਾਂ ਵੀ ਚਲੀਆਂ ਗਈਆਂ। ਢਾਬੇ ਤੋਂ ਰੋਟੀ ਖਾ ਕੇ ਵਿਦਿਆਰਥੀ ਪਰਤ ਰਹੇ ਸੀ, ਇਸ ਨੌਜਵਾਨ ਦੇ ਨਾਲ ਬੈਠਾ ਵਿਦਿਆਰਥੀ ਉਹ ਜ਼ਖਮੀ ਹੋ ਗਿਆ ਹੈ ਅਤੇ 21 ਸਾਲਾਂ ਦੇ ਇਸ ਵਿਦਿਆਰਥੀ ਜਿਸਦਾ ਨਾਮ ਆਰਿਆ ਸ਼ਰਮਾ ਦੱਸਿਆ ਜਾ ਰਿਹਾ ਹੈ, ਉਸਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਵਿੱਚ ਸਕੋਰਪੀਓ ਚਲਾ ਰਿਹਾ ਸੀ ਅਰਜੁਨ, ਜੋ ਕਿ ਆਰਿਆ ਸ਼ਰਮਾ ਦੇ ਨਾਲ ਬੈਠਾ ਹੋਇਆ ਸੀ, ਉਹ ਵੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਹੈ। ਪੁਲਿਸ ਵੀ ਰਾਤ ਵੇਲੇ ਮੌਕੇ 'ਤੇ ਪਹੁੰਚਦੀ ਹੈ, ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਮ੍ਰਿਤਕਾਂ ਦੀ ਲਾਸ਼ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖ ਦਿੱਤੀ ਗਈ ਹੈ। ਦੱਸ ਦਈਏ ਕਿ ਅਰਜੁਨ ਦੀ ਕਾਰ ਜਿਹੜੀ ਕਿ ਸਕੋਰਪੀਓ ਕਾਲੇ ਰੰਗ ਦੀ ਦਿਖ ਰਹੀ ਹੈ, ਇਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਰਕੇ ਹੁਣ ਅਰਜੁਨ ਦੇ ਖਿਲਾਫ਼ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ। ਜਾਂਚ ਦੌਰਾਨ ਇਹ ਪਤਾ ਚੱਲਿਆ ਕਿ ਇਨੋਵਾ ਚਾਲਕ ਜਿਸ ਦੀ ਕਿ ਮੌਤ ਹੋਈ ਹੈ, ਉਹ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ, ਇੱਕ ਕਾਰ ਡੀਲਰ ਸੀ, ਗੁਜਰਾਤ ਤੋਂ ਗੱਡੀਆਂ ਲਿਆ ਕੇ ਚੰਡੀਗੜ੍ਹ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੇਚਦਾ ਸੀ।
ਉਹ ਇਸ ਵੇਲੇ ਗੱਡੀ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਦੀ ਮੌਤ ਹੋ ਗਈ। ਦੋ SUV ਗੱਡੀਆਂ ਆਪਸ 'ਚ ਟਕਰਾਈਆਂ ਨੇ। ਇਸ ਹਾਦਸੇ ਦੇ ਵਿੱਚ ਇਨੋਵਾ ਚਾਲਕ ਦੀ ਮੌਤ ਹੋ ਗਈ ਹੈ। ਉਸਦਾ ਨਾਮ ਮੁਹੰਮਦ ਅਸਲਮ ਦੱਸਿਆ ਜਾ ਰਿਹਾ ਹੈ। ਸਕੋਰਪੀਓ ਸਵਾਰ DAV ਕਾਲਜ ਦਾ ਵਿਦਿਆਰਥੀ ਆਰਿਆ ਸ਼ਰਮਾ 21 ਸਾਲਾਂ ਦਾ ਨੌਜਵਾਨ, ਇਸ ਦੀ ਵੀ ਇਸ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ।